ਕੀ ਵਾਰਦਾਤ ਹੋਈ ਹੈ ਉਹਦੇ ਬਾਰੇ ਡਿਟੇਲ ਦੱਸ ਦਿਓ। ਇਹ ਰਾਤ ਤਕਰੀਬਨ 1:30 ਵਜੇ ਚੌਕੀਦਾਰ ਨੇ ਮੈਨੂੰ ਫੋਨ ਕੀਤਾ ਜੀ, ਠੀਕ ਹੈ, ਅਤੇ ਮੈਂ 2:00 ਵਜੇ ਦੇ ਕਰੀਬ ਇੱਥੇ ਪਹੁੰਚ ਗਿਆ, ਠੀਕ ਹੈ। ਉਹ ਕਹਿੰਦਾ ਬਈ ਤੇਰੀ ਦੁਕਾਨ 'ਚ ਚੋਰੀ ਹੋ ਗਈ ਜੀ, ਅਤੇ ਸਮਾਨ ਬਾਹਰ ਨਿਕਲਿਆ ਉਹਦਾ ਸਾਰਾ ਜੀ। ਜਦੋਂ ਅਸੀਂ ਆ ਕੇ ਦੇਖਿਆ ਨਾ, ਅਤੇ ਸਾਰਾ ਸਮਾਨ ਮੇਰਾ ਬਾਹਰ ਪਿਆ ਸੀਗਾ, ਅਤੇ ਉਸ ਟਾਈਮ ਅਸੀਂ ਮੂਵੀ ਵੀ ਬਣਾਈ, ਫਿਰ ਉਸ ਤੋਂ ਬਾਅਦ ਪੁਲਿਸ ਨੂੰ 100 ਨੰਬਰ 'ਤੇ ਅਸੀਂ ਕੰਪਲੇਂਟ ਵੀ ਪਾਈ, ਠੀਕ ਹੈ। ਉਸ ਤੋਂ ਬਾਅਦ ਫਿਰ ਮੈਨੂੰ ASI ਦਾ ਫੋਨ ਵੀ ਆਇਆ, ਅਤੇ 4:00 ਵਜੇ ਪੁਲਿਸ ਵਾਲੇ ਆਏ ਵੀ, ਅਤੇ ਉਹਨੇ ਵੀ ਮੂਵੀ ਬਣਾਈ, ਕੰਪਲੇਂਟ ਦਰਜ। ਜਿਹੜੀ ਇਹ ਵਾਰਦਾਤ ਹੈ ਲਗਭਗ ਕਿੰਨੇ ਕੁ ਵਜੇ ਹੋਈ ਹੈ, ਕੀ ਕੀ ਉਹਨੇ ਵਾਰਦਾਤ ਕੀਤੀ, ਸ਼ਟਰ ਬਣਿਆ ਕਿਆ ਕੀਤਾ, ਡਿਟੇਲ ਜਰੂਰ। 1 ਤੋਂ 2 ਵਜੇ ਤੱਕ, 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ। ਉਹ ਕਹਿੰਦਾ 12:30 ਵਜੇ ਮੈਂ ਗੇੜਾ ਮਾਰ ਕੇ ਗਿਆ ਚੌਕੀਦਾਰ ਕਹਿੰਦਾ, ਠੀਕ ਹੈ ਜੀ। ਉਸ ਤੋਂ ਬਾਅਦ ਹੋਈ ਜਦੋਂ ਵਾਰਦਾਤ ਕਰਨ ਆਏ, ਸ਼ਟਰ ਭੰਨਿਆ, ਸ਼ੀਸ਼ਾ ਭੰਨਿਆ, ਕਿਆ ਉਹ ਦੱਸੋ ਕਹਿੰਦਾ। ਸ਼ਟਰ ਮੇਰਾ ਜੈਕ ਨਾਲ ਚੱਕਿਆ ਵਾ ਸੀਗਾ, ਤਕਰੀਬਨ 1.5 ਫੁੱਟ, ਠੀਕ ਹੈ। ਉਸ ਤੋਂ ਬਾਅਦ ਇੱਕ ਸ਼ੀਸ਼ਾ ਖੋਲਿਆ ਇਹ, ਠੀਕ ਹੈ, ਅਤੇ ਇਹਦੇ ਸ਼ੀਸ਼ੇ ਦੇ ਪੱਤੀਆਂ ਖੋਲੀਆਂ ਅਤੇ ਸ਼ੀਸ਼ਾ ਬਾਹਰ ਰੱਖਿਆ, ਠੀਕ। ਉਸ ਤੋਂ ਬਾਅਦ ਹੌਲੀ ਹੌਲੀ ਉਹਨੇ ਸਮਾਨ ਪਿੱਛੇ ਬੈਠ ਕੇ ਹੀ ਕੱਢਿਆ ਬਾਹਰ, ਠੀਕ ਹੈ। ਕਿੰਨਾ ਕੁ ਨੁਕਸਾਨ ਹੋ ਗਿਆ ਜੀ ਤੁਹਾਡਾ? ਤਕਰੀਬਨ ਮੇਰੇ ਹਿਸਾਬ ਨਾਲ 2-3 ਲੱਖ ਰੁਪਏ ਦਾ ਤਾਂ ਸਮਾਨ ਗਿਆ ਹੋਣਾ ਜੀ। ਜੇ ਚੌਕੀਦਾਰ ਨਾ ਹੁੰਦਾ ਤਾਂ ਨੁਕਸਾਨ ਹੋਰ ਹੋਣਾ ਸੀਗਾ? ਜੇ ਚੌਕੀਦਾਰ ਨਾ ਹੁੰਦਾ ਤਾਂ ਨੁਕਸਾਨ ਸਾਰੀ ਦੁਕਾਨ ਦਾ ਹੀ ਹੋ ਜਾਣਾ ਸਰ ਜੀ, ਹੋਰ ਵੀ ਹੋ ਸਕਦਾ ਤਾਂ, ਹੋਰ ਵੀ ਦੁਕਾਨਾਂ ਦਾ ਨੁਕਸਾਨ ਹੋ ਸਕਦਾ। ਹਾਂਜੀ, ਅੱਜ ਸਵੇਰੇ HK ਲਾਈਟ ਐਂਡ ਸਾਊਂਡ ਵਾਲਿਆਂ ਦੀ ਦੁਕਾਨ ਵਿੱਚ ਚੋਰੀ ਦੀ ਵਾਰਦਾਤ ਹੋਈ ਸੀ, ਅਤੇ ਸਵੇਰੇ 6:30 ਵਜੇ ਸਾਨੂੰ ਵੀ ਪਤਾ ਲੱਗਿਆ ਫੋਨ ਦੇ ਤਾਂ ਰਾਹੀਂ ਕਿ ਇੱਦਾਂ ਦਾ ਕਰਕੇ ਭਰੂਪੜੀ ਬਾਜ਼ਾਰ ਵਿੱਚ ਚੋਰੀ ਹੋ ਗਈ। ਇਹੋ ਜਿਹੀਆਂ ਚੋਰੀਆਂ ਆ 2-4 ਮਹੀਨੇ ਦੇ ਵਿੱਚ ਲਗਾਤਾਰ ਹੀ ਕਾਫੀ ਜ਼ਿਆਦਾ ਹੋ ਚੁੱਕੀ ਆ ਭਰੂਪੜੀ ਬਾਜ਼ਾਰ ਦੇ ਵਿੱਚ ਦੜੌਲੀ, ਅਤੇ ਇਹ ਜਿਹੜਾ ਹੈਗਾ ਸਰਗਣਾ ਜਿਹੜਾ ਚੋਰੀਆਂ ਕਰਨ ਵਾਲਾ, ਇਹ ਲਗਾਤਾਰ ਹੀ ਦਿਨ ਪ੍ਰਤੀ ਦਿਨ ਸਰਗਰਮ ਹੁੰਦਾ ਜਾ ਰਿਹਾ। ਸੋ ਅਸੀਂ ਪਹਿਲਾਂ ਵੀ ਪੰਜਾਬ ਪੁਲਿਸ ਅੱਗੇ, ਪ੍ਰਸ਼ਾਸਨ ਅੱਗੇ ਬੇਨਤੀਆਂ ਕਰ ਚੁੱਕੇ ਹਾਂ ਕਿ ਭਾਈ ਕੋਈ ਨਾ ਕੋਈ ਹੱਲ ਲੱਭੋ ਇਹਨਾਂ ਦਾ। ਸਾਡੇ ਪਹਿਲਾਂ ਨਾਲ ਹੀ ਆਹ ਗਰੀਬ ਬੰਦਾ ਹੈ, ਉਹਦੇ ਵਿਚਾਰੇ ਦੇ ਸਾਰੀ ਰਾਤ ਦਿਨ ਨੂੰ ਵਿਚਾਰੇ ਕਮਾਈਆਂ ਕਰਕੇ ਨਾਰੀਅਲ ਦਾ ਕੰਮ ਕਰਦਾ ਸੀ, ਉਹਦੇ ਨਾਰੀਅਲ ਚੋਰੀ ਹੋ ਗਏ, ਠੀਕ ਹੈ ਜੀ। ਦੜੋਲੀ ਗੇਟ 'ਚ ਚੋਰੀਆਂ ਹੋਈਆਂ ਜੀ, ਰਿਆਤ ਹਾਰਡਵੇਅਰ ਵਾਲੇ ਦੀ ਚੋਰੀ ਹੋਈ ਜੀ। ਅਸੀਂ ਬਹੁਤ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ, ਪਰ ਹਾਲੇ ਤੱਕ ਕੋਈ ਵੀ ਅਮਲ ਵਿੱਚ ਨਹੀਂ ਲਿਆਂਦਾ ਗਿਆ। ਕੀ ਅੱਜ ਤੱਕ ਜਿੰਨੀਆਂ ਚੋਰੀਆਂ ਹੋਈਆਂ ਕੋਈ ਟਰੇਸ ਹੋਈ ਆ, ਪੁਲਿਸ ਨੇ ਫੜੇ ਕੋਈ ਬੰਦੇ? ਹਾਲੇ ਇਸ ਵਿੱਚ ਕੁਛ ਵੀ ਕਿਸੇ ਨੇ ਕੋਈ ਟਰੇਸ ਨਹੀਂ ਕੀਤਾ ਜੀ, ਕੋਈ ਸਾਨੂੰ ਜਾਣਕਾਰੀ ਨਹੀਂ ਹੈ ਜੀ ਇਹਦੇ ਬਾਰੇ, ਠੀਕ ਹੈ। ਅਸੀਂ ਫਿਰ ਵੀ ਪੰਜਾਬ ਪੁਲਿਸ